हाँ जी किसान वीरों, सारे सत श्रीकाल जी। स्वागत है तुहाडा एग्रीकल्चर इन्फॉर्मेशन पंजाबी चैनल च। मैं डॉक्टर गुरमिंदर सिंह बराड़। इस वीडियो च किसान वीरों तुहाडे नाल जानकारी सांझी करांगे कि हुण जिहड़ी हैगी है कणक दी फसल दे विच, अज जिहड़ी 26 मार्च हो गई है, कणक दी फसल दे विच जां जिहड़ी सरों दी फसल आ खेतां दे विच खड़ी आ, उहदे विच किसे किस्म दी स्प्रे दी जरूरत है जां नहीं, जां उहदे विच हुण जिहड़ियां हैगियां कोई समस्या। दो तीन गल्लां सांझियां करनियां, पीली कुंगी बारे, चेपे बारे, ਜਾਂ ਜਿਹੜਾ ਹੈਗਾ ਚੇਪਾ ਸਰ੍ਹੋਂ ਦੇ ਵਿੱਚ ਜਾਂ ਕਣਕ ਦੇ ਵਿੱਚ, ਜਾਂ ਜਿਹੜਾ ਹੈਗਾ ਪਾਣੀ ਲਾਉਣ ਬਾਰੇ। ਮੈਂ ਪਹਿਲਾਂ ਵੀਡੀਓ ਅਪਲੋਡ ਕੀਤੀ ਸੀ, ਕਿਸਾਨ ਵੀਰਾਂ ਦੇ ਫਿਰ ਸਵਾਲ ਆ ਰਹੇ ਸੀਗੇ, ਅਤੇ ਸਪਰੇਆਂ ਬਾਰੇ ਖਾਸ ਕਰਕੇ ਕਿਸਾਨ ਵੀਰ ਜਿਹੜੇ ਪੁੱਛ ਰਹੇ ਸੀਗੇ ਕਿ ਹੁਣ ਜਿਹੜਾ, ਕਿਉਂਕਿ ਖਾਸ ਕਰਕੇ ਜਿਹੜਾ ਕਰਫਿਊ ਲੱਗਿਆ ਹੋਇਆ ਕਿ ਕਿਸਾਨ ਵੀਰ ਕਹਿੰਦੇ ਸੀ ਕਿ ਫਸਲ ਦੇ ਵਿੱਚ ਜਿਹੜੀ ਸਪਰੇ ਹੁਣ ਕੀਤੀ ਜਾਵੇ ਜਾਂ ਨਾ ਕੀਤੀ ਜਾਵੇ। ਕਈ ਕਿਸਾਨ ਵੀਰ ਨੇ ਪਹਿਲਾਂ ਕੀਟਨਾਸ਼ਕ ਸਪਰੇ ਕੀਤੇ ਵੀ ਸੀ, ਸੋ ਉਹਦੇ ਬਾਰੇ ਆਪਾਂ ਡਿਟੇਲ 'ਚ ਜਿਹੜੀ ਗੱਲ ਕਰਦੇ ਹਾਂ 4-5 ਮਿੰਟ ਦੀ। ਜਿਹੜੇ ਨਵੇਂ ਕਿਸਾਨ ਵੀਰ ਜੁੜੇ ਆ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰ ਲਓ, ਨਾਲ ਹੀ ਬੈਲ ਵਾਲਾ ਬਟਨ ਦੱਬ ਲਓ ਤਾਂ ਕਿ ਹਰ ਇੱਕ ਨਵੀਂ ਵੀਡੀਓ ਨਵੀਂ ਜਾਣਕਾਰੀ ਤੁਹਾਡੇ ਤਾਈਂ ਪਹੁੰਚਦੀ ਰਹੇ। ਕਿਰਪਾ ਕਰਕੇ ਵੀਡੀਓ ਜਿਹੜੀ ਪੂਰੀ ਸੁਣ ਲਿਓ। ਤਿੰਨ ਪੁਆਇੰਟ ਜਿਹੜੇ ਮੁੱਖ ਰੱਖਣੇ ਨੇ। ਸਭ ਤੋਂ ਪਹਿਲਾਂ ਕਿਸਾਨ ਵੀਰ ਜਿਹੜੀ ਪੀਲੀ ਕੁੰਗੀ ਬਾਰੇ ਆ, ਜਿਹੜੀ ਪੀਲੀ ਕੁੰਗੀ ਦਾ ਅਟੈਕ ਆਇਆ ਸੀਗਾ ਪਿਛਲੇ ਹਫ਼ਤੇ ਦੇ ਵਿੱਚ, ਜਿਹੜਾ ਕਾਫੀ ਦੇਖਣ ਨੂੰ ਮਿਲਿਆ ਸੀਗਾ 8-10 ਦਿਨ ਪਹਿਲਾਂ, ਅਤੇ ਉਹਦੇ ਵਿੱਚ ਕਿਸਾਨ ਵੀਰਾਂ ਨੇ ਜਿਹੜੇ ਹੈਗੇ ਆ ਉੱਲੀ ਨਾਸ਼ਕਾਂ ਦੀ ਤਕਰੀਬਨ ਜਿਹੜੀ ਸਪਰੇਅ ਕਰ ਦਿੱਤੀ ਸੀ। ਕਈ ਕਿਸਾਨ ਵੀਰਾਂ ਨੇ 15-20 ਦਿਨ ਪਹਿਲਾਂ ਉੱਲੀ ਨਾਸ਼ਕ ਸਪਰੇਅ ਕੀਤੀ ਸੀ, ਉਦੋਂ ਬਾਅਦ ਜਿਹੜੀ ਰਿਪੀਟ ਕਰਤੀ ਸੀਗੀ। ਹੁਣ ਕਿਤੇ ਕਿਤੇ ਜਿਹੜਾ ਹੈਗਾ ਸਾਈਡਾਂ ਦੇ ਉੱਤੇ ਜਾਂ ਕਿਤੇ ਕੋਈ ਕਿਸਾਨ ਵੀਰਾਂ ਨੂੰ ਕੋਈ 1-2 ਪੱਤੇ ਜਿਹੜੇ ਹੈ ਲੱਭਦੇ ਸੀ, ਜਿੰਨੇ ਕੁ ਮੈਨੂੰ ਫੋਨ ਆਏ ਆ ਜਾਂ ਮੈਂ ਜਿਹੜਾ ਹੈਗਾ ਖੇਤ ਆਪਣੇ ਦੇ ਵਿੱਚ ਜਿਹੜਾ ਦੇਖਿਆ ਉਹਦੇ ਵਿੱਚ ਹੈ ਕਿ ਕਿਤੇ ਥੋੜ੍ਹੀ ਬਹੁਤੀ ਸਮੱਸਿਆ ਜੇ ਹੈਗੀ ਆ ਕਿਸਾਨ ਵੀਰੋ, ਉਹਦੇ ਤੋਂ ਆਪਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ। ਵੈਸੇ ਵੀ ਹੁਣ ਜਿਹੜੀ ਹੈਗੀ ਆ 2 ਦਿਨ ਮੌਸਮ ਖਰਾਬ ਆ, ਇਦੂ ਬਾਅਦ ਜਿਹੜੀ ਕਣਕ ਦੀ ਫਸਲ ਆ ਤਕਰੀਬਨ ਜਿਹੜੀ ਹੈਗੀ ਆ 20 ਕੁ ਦਿਨ ਦੇ ਵਿੱਚ ਸਾਰੀ ਜਿਹੜੀ ਫਸਲ ਆ ਉਹ ਤਿਆਰ ਹੋ ਜਾਣੀ ਆ। ਪਛੇਤੀ ਆ ਜਿਹੜੀ ਉਹ 25 ਦਿਨ ਲੈ ਜੂ ਹੱਦ, ਜਾਂ 25-28 ਦਿਨ ਲੈ ਸਕਦੀ ਹੈਗੀ ਹੈ, ਕਿਉਂਕਿ ਜਦੋਂ ਇੱਕਦਮ ਟੈਂਪਰੇਚਰ ਅੱਪ ਹੋ ਗਿਆ ਤਾਂ ਕਣਕ ਜਿਹੜੀ ਪੱਕ ਜਾਣੀ। ਤਕਰੀਬਨ ਜਿਹੜੀ ਕਣਕ ਦੀ ਫਸਲ 10 ਨਵੰਬਰ ਤੱਕ ਬੀਜੀ, ਉਹਦੇ ਵਿੱਚ ਦਾਣੇ ਜਿਹੜੇ ਤਕਰੀਬਨ ਸਾਈਜ਼ ਆ ਉਹਦਾ ਲੈ ਚੁੱਕੇ ਆ, ਅਤੇ ਹੁਣ ਜਿਹੜੇ ਕਰੜੇ ਹੋ ਰਹੇ ਆ, ਅਤੇ ਜਿਹੜਾ ਹੈਗਾ ਦੁੱਧ ਆ ਜਿਹੜਾ ਕਰੜਾ ਹੋ ਚੁੱਕਿਆ ਤਕਰੀਬਨ। ਸੋ ਇਹਦੇ ਕਰਕੇ ਜਿਹੜਾ ਯੈਲੋ ਡਸਟ ਆ ਉਹ ਜਿਹੜੀ ਤੁਸੀਂ ਉੱਲੀ ਨਾਸ਼ਕ ਸਪਰੇਅ ਕੀਤੀ ਆ ਪਹਿਲਾਂ ਉਹਦੇ ਨਾਲ ਜਿਹੜੀ ਕੰਟਰੋਲ ਹੋ ਚੁੱਕੀ, ਦੁਬਾਰਾ ਹੁਣ ਸਪਰੇਅ ਕਰਨ ਦੀ ਜ਼ਰੂਰਤ ਨਹੀਂ ਹੈਗੀ। ਹਾਂ ਜੇ ਤੁਸੀਂ ਕਿਤੇ ਵੀ ਕਿਸਾਨ ਵੀਰ ਨੇ ਕਿਸੇ ਨੇ ਸਪਰੇਅ ਨਹੀਂ ਕੀਤੀ ਹੁਣ ਤੱਕ, ਉਹ ਵੀ ਮੌਸਮ ਸਾਫ਼ ਹੋਣ ਤੋਂ ਬਾਅਦ ਤੁਸੀਂ ਜਿਹੜੀ ਕੰਡੀਸ਼ਨ ਦੇਖ ਕੇ ਕਰੋ। ਹੁਣ ਜਿਹੜਾ ਇਸ ਵਕਤ ਬਿਲਕੁਲ ਵੀ ਆਪਾਂ ਸਪਰੇਅ ਬਾਰੇ ਜਿਹੜਾ ਸੋਚਣਾ ਨਹੀਂ ਹੈਗਾ। ਦੂਜੀ ਗੱਲ ਚੇਪੇ ਬਾਰੇ, ਚੇਪੇ ਦੇ ਉੱਤੇ ਕਿਸਾਨ ਵੀਰ ਜਿਹੜਾ ਸਪਰੇਅ ਆਪਾਂ, ਕਈ ਕਿਸਾਨ ਵੀਰ ਜਿਹੜੇ ਬਿਨਾਂ ਜਿਹੜੇ ਅਟੈਕ ਦੇ ਉੱਤੋਂ ਉੱਲੀ ਨਾਸ਼ਕ ਦੇ ਵਿੱਚ ਜਿਹੜੇ ਪਾ ਪਾ ਕੇ ਜਿਹੜੀ ਚੇਪੇ ਦੀ ਸਪਰੇਅ ਕੀਤੀ ਆ ਕਿਸਾਨ ਵੀਰਾਂ ਨੇ, ਹੁਣ ਜਿਹੜੀ ਕੰਡੀਸ਼ਨ ਇਹ ਆ ਕਿ ਹੁਣ ਜਿਵੇਂ ਬਾਰਿਸ਼ ਹੋ ਗਈ, ਟੈਂਪਰੇਚਰ ਹੁਣ ਫਿਰ 1-2 ਦਿਨ ਜਿਹੜਾ ਲੋਅ ਰਹੂਗਾ, 2 ਦਿਨ ਮੌਸਮ ਹੁਣ ਖਰਾਬ ਹੀ ਹੈਗਾ 26 ਅਤੇ 27 ਨੂੰ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ, ਅਤੇ ਇਹਦੇ ਕਰਕੇ ਜਿਹੜੀ ਚੇਪੇ ਦੀ ਸਮੱਸਿਆ ਕਿਸਾਨ ਵੀਰੋ ਤੁਸੀਂ ਦੇਖਣਾ ਪਹਿਲਾਂ ਦਰੱਖਤਾਂ ਥੱਲੇ ਜਾਂ ਜਿਹੜਾ ਸਾਈਡਾਂ ਦੇ ਉੱਤੇ ਵੱਟਾਂ ਦੇ ਨਾਲ, ਰਾਹਾਂ ਦੇ ਨਾਲ। ਮੈਂ ਪਹਿਲਾਂ ਵੀ ਵੀਡੀਓ ਦੇ ਵਿੱਚ ਜ਼ਿਕਰ ਕਰਦਾ ਰਹਿੰਦਾ, ਜੇ ਤੁਹਾਨੂੰ ਸਮੱਸਿਆ ਨਜ਼ਰ ਆਉਂਦੀ ਹੈ 8-10 ਸਿੱਟੇ ਤੁਸੀਂ ਚੈੱਕ ਕਰਨੇ ਵੱਖ ਵੱਖ ਜਗ੍ਹਾ ਦੇ ਉੱਤੋਂ, ਜੇ ਤੁਹਾਨੂੰ ਹਰ ਸਿੱਟੇ ਦੇ ਵਿੱਚ 5-7 ਚੇਪੇ ਨਜ਼ਰ ਆਉਂਦੇ, ਫਿਰ ਤੁਸੀਂ ਜਿਹੜੀ ਸਪਰੇ ਕਰਨੀ ਉਹ ਵੀ ਉੱਥੇ ਜਿੱਥੇ ਅਟੈਕ ਸ਼ੁਰੂ ਹੋ ਰਿਹਾ। ਵੈਸੇ ਜਦੋਂ ਹੁਣ ਅੱਗੇ ਜਿਹੜਾ ਹੈਗਾ ਕਣਕ ਦੀ ਫਸਲ ਜਿਹੜੀ ਪੱਕ ਗਈ ਆ, ਚੇਪੇ ਦਾ ਕੋਈ ਬਹੁਤਾ ਕਣਕ ਦੀ ਫਸਲ ਦੇ ਝਾੜ ਦੇ ਉੱਤੇ ਨੁਕਸਾਨ ਹੋਣ ਵਾਲਾ ਨਹੀਂ ਹੈ। ਜਦੋਂ ਦਾਣਾ ਬਣ ਜਾਂਦਾ ਉਦੋਂ ਬਾਅਦ, ਕਿਉਂਕਿ ਜਿਹੜਾ ਮਟੀਰੀਅਲ ਆ ਉਹ ਦਾਣਿਆਂ ਦੇ ਵਿੱਚ ਸ਼ਿਫਟ ਹੋਣਾ, ਇਦੋਂ ਬਾਅਦ ਜਿਹੜਾ ਦਾਣੇ ਆ ਉਹ ਪੂਰੇ ਜਿਹੜੇ ਕਰੜੇ ਹੋਣੇ ਆ, ਫਿਜ਼ੀਓਲੋਜੀਕਲ ਮਚਿਓਰਟੀ ਜਿਹੜੀ ਹੈਗੀ ਹੈ ਉਹ ਪਹੁੰਚ ਗਈ ਆ, ਉਦੋਂ ਬਾਅਦ ਜਿਹੜੀ ਹੈਗੀ ਆ ਉਹ ਪੱਕਣਾ ਲਿਜਾਣਾ ਦਾਣਿਆਂ ਨੇ। ਸੋ ਇਹਦੇ ਕਰਕੇ ਜਿਹੜੀ ਹੈਗੀ ਹੈ ਰਾਈਪਨਿੰਗ ਮਚਿਓਰਟੀ ਜਿਹਨੂੰ ਕਹਿੰਦੇ, ਰਾਈਪਨ ਹੋਣਾ ਇਦੋਂ ਬਾਅਦ ਦਾਣਿਆਂ ਨੇ ਪੱਕਣਾ ਹੈਗਾ। ਸੋ ਇਹਦੇ ਕਰਕੇ ਜਿਹੜਾ ਹੈਗਾ ਘਬਰਾਉਣ ਦੀ ਜ਼ਰੂਰਤ ਨਹੀਂ। ਮੌਸਮ ਤੋਂ ਬਾਅਦ ਤੁਸੀਂ ਚੈੱਕ ਕਰਨਾ ਪੀਲੀ ਕੁੰਗੀ ਜਾਂ ਜਿਹੜਾ ਹੈਗਾ ਵਾਲਕ ਦੀ ਪੀਲੀ ਕੁੰਗੀ ਤਕਰੀਬਨ ਜਿਹੜੀ ਹੈਗੀ ਆ ਹੁਣ ਜਿਹੜਾ ਹੈਗਾ ਉਹਦਾ ਟੈਂਪਰੇਚਰ ਉਹਦੇ ਵਾਸਤੇ ਜਿਹੜਾ ਫੇਵਰੇਬਲ ਨਹੀਂ ਰਹਿਣਾ ਹੈਗਾ, ਟੈਂਪਰੇਚਰ ਅੱਪ ਹੋ ਰਿਹਾ ਆ ਜਿਹੜਾ ਹੈਗਾ ਮੌਸਮ ਖਰਾਬ ਹੋਣ ਤੋਂ ਬਾਅਦ ਆ 2 ਦਿਨ ਜਿਹੜੀ ਬਾਰਿਸ਼ ਤੋਂ ਬਾਅਦ ਜਦੋਂ ਤੁਸੀਂ ਜਿਹੜਾ ਆਪਦਾ ਫੀਲਡ ਚੈੱਕ ਕਰੋ ਤਾਂ ਉਹਦੇ ਵਿੱਚ ਜੇ ਤੁਹਾਨੂੰ ਨਜ਼ਰ ਆਵੇ ਤਾਂ ਤੁਸੀਂ ਲੋੜ ਅਨੁਸਾਰ ਜਿੱਥੇ ਅਟੈਕ ਉੱਥੇ ਕਰ ਸਕਦੇ। ਵੈਸੇ ਜਿਹੜੀ ਘਬਰਾਉਣ ਦੀ ਜ਼ਰੂਰਤ ਨਹੀਂ ਹੈਗੀ, ਅਤੇ ਸਪਰੇਆਂ ਦੇ ਵਾਸਤੇ ਜਿਹੜਾ ਹੈਗਾ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਹੈਗੇ ਜ਼ਿਲ੍ਹਾ ਮੈਜਿਸਟਰੇਟ ਨੇ ਉਹ ਜੇ ਤੁਸੀਂ ਕਰਨੀ ਚਾਹੁੰਦੇ ਆ ਦੁਕਾਨਾਂ ਵੀ ਜਿਹੜੀਆਂ ਹੈਗੀਆਂ ਸਮਾਂ ਦਿੱਤਾ ਜਾ ਰਿਹਾ ਉਹ ਤੁਸੀਂ ਆਪਣੇ ਆਪਣੇ ਜ਼ਿਲ੍ਹੇ ਦੇ ਵਿੱਚ DPRO ਜਿਹੜੀ ਸਾਈਟ ਆ ਫੇਸਬੁੱਕ 'ਤੇ ਪੇਜ ਚੈੱਕ ਕਰ ਸਕਦੇ ਹੋ, ਜਾਂ ਜਿਹੜਾ ਹੈਗਾ ਜ਼ਿਲ੍ਹਾ ਦਫ਼ਤਰ ਨਾਲ ਜਾਂ ਆਪਣੇ SDM ਦਫ਼ਤਰ ਨਾਲ ਸੰਪਰਕ ਕਰਕੇ ਉੱਥੋਂ ਜਿਹੜਾ ਤੁਸੀਂ ਟਾਈਮਿੰਗ ਲੈ ਸਕਦੇ ਆ। ਵੈਸੇ ਜਿਹੜੇ ਮੈਸੇਜ ਅੱਗੇ ਜਾ ਰਹੇ ਆ ਕਿ ਤੁਹਾਨੂੰ ਜੇ ਤੁਸੀਂ ਸਪਰੇਅ ਲੈਣੀ ਆ ਜਾਂ ਤੁਸੀਂ ਸਪਰੇਅ ਕਰਨੀ ਆ, ਉਹਦਾ ਜਿਹੜਾ ਟਾਈਮਿੰਗ ਤੁਹਾਨੂੰ ਸਰਕਾਰ ਨੂੰ ਜਿਹੜੀ ਢਿੱਲ ਸਮੇਂ ਅਨੁਸਾਰ ਸਮੇਂ ਸਮੇਂ 'ਤੇ ਜਿਹੜੀ ਜ਼ਿਲ੍ਹਿਆਂ ਦੀ ਵਾਈਜ਼ ਦਿੱਤੀ ਜਾਊਗੀ। ਤੀਜਾ ਹੈ ਕਿਸਾਨ ਵੀਰੋ ਪਾਣੀ ਦੀ ਹੁਣ ਜਿਹੜੀ ਕਣਕ ਦੀ ਫਸਲ ਦੇ ਵਿੱਚ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ, ਕਿਉਂਕਿ 20 ਦਿਨ ਮਸਾਂ ਕਣਕ ਜਿਹੜੀ ਲਊਗੀ
ਹੁਣ ਆ ਜਿਹੜਾ ਅੱਜ ਵੀ ਜਿਹੜੀ ਹੈਗੀ ਹਲਕੀ ਬਾਰਿਸ਼ ਤਕਰੀਬਨ ਜਿਹੜੇ ਹੈਗੇ ਟੁੱਟਵੇਂ ਥਾਵਾਂ ਦੇ ਉੱਤੇ ਪੰਜਾਬ ਦੇ ਵਿੱਚ ਤਕਰੀਬਨ ਸਾਰੇ ਇਲਾਕੇ ਜਿਹੜੇ ਕਵਰ ਕਰ ਲੈਣੇ। ਕਿਸਾਨ ਵੀਰਾਂ ਨੇ ਜਿਹੜਾ ਪਹਿਲਾਂ 5-10 ਦਿਨ ਪਹਿਲਾਂ ਪਾਣੀ ਜਿਹੜਾ ਲਾਸਟ ਆ ਉਹ ਲਾ ਦਿੱਤਾ ਹੈਗਾ, ਦਾਣੇ ਹੁਣ ਕਰੜੇ ਹੋ ਰਹੇ, ਹੁਣ ਜਿਹੜਾ ਇਸ ਤੋਂ ਬਾਅਦ ਪਾਣੀ ਲਾਉਣ ਦੀ ਕੋਈ ਜ਼ਰੂਰਤ ਵੀ ਹੈ ਨਹੀਂ ਅਤੇ ਕੋਈ ਫਾਇਦਾ ਵੀ ਹੈ ਨਹੀਂਗਾ। ਸੋ ਇਸ ਕਰਕੇ ਲੋੜ ਅਨੁਸਾਰ ਜਿਹੜੀ ਹੈਗੀ ਆਪਾਂ ਸਪਰੇ ਕਰਨੀ, ਅਤੇ ਪਾਣੀ ਜਿਹੜਾ ਬਿਲਕੁਲ ਆਪਾਂ ਨੂੰ ਹੁਣ ਜਿਹੜੀ ਇਸ ਕੰਡੀਸ਼ਨ ਦੇ ਵਿੱਚ ਲਾਉਣ ਦੀ ਜ਼ਰੂਰਤ ਨਹੀਂ ਹੈਗੀ। ਜਿਹੜੀ 15 ਨਵੰਬਰ ਤੋਂ ਬਾਅਦ ਜਾਂ 20 ਨਵੰਬਰ ਤੋਂ ਬਾਅਦ ਜਿਹੜੀ ਕਣਕ ਬੀਜੀ ਹੈ ਜਾਂ ਜਿਹੜੀ ਦਸੰਬਰ ਦੇ ਵਿੱਚ ਪਛੇਤੀ ਕਣਕ ਬੀਜੀ ਹੈ ਉਹਦੇ ਵਿੱਚ ਤੁਸੀਂ ਲੋੜ ਅਨੁਸਾਰ ਜਿਹੜਾ ਖਾਸ ਕਰਕੇ ਜਿਹੜੀ ਦਸੰਬਰ 'ਚ 5 ਦਸੰਬਰ ਤੋਂ ਬਾਅਦ ਜਿਹੜੀ ਕਣਕ ਬੀਜੀ ਹੈ ਉਹਦੇ ਵਿੱਚ ਤੋਂ ਪਾਣੀ ਦੀ ਜ਼ਰੂਰਤ ਪੈ ਸਕਦੀ ਹੈ। ਜਿਹੜੀ ਨਵੰਬਰ ਦੇ ਵਿੱਚ ਕਣਕ ਬੀਜੀ ਹੁਣ ਜਿਹੜੀ ਪਾਣੀ ਦੀ ਬਿਲਕੁਲ ਜ਼ਰੂਰਤ ਨਹੀਂ ਹੈਗੀ, ਜਿਹੜਾ ਪਾਣੀ ਹੁਣ ਲਾਤਾ ਦਾਣੇ ਜਿਹੜੇ ਕਰੜੇ ਹੋ ਰਹੇ ਆ ਉਹ ਹੀ ਜਿਹੜੇ ਸਫੀਸ਼ੀਐਂਟ ਹੈਗੇ ਆ। ਸੋ ਇਸ ਤੋਂ ਬਿਨਾਂ ਜੇ ਤੁਹਾਡਾ ਕੋਈ ਹੋਰ ਸਵਾਲ ਹੋਵੇ, ਤੁਹਾਡਾ ਕੋਈ ਸੁਝਾਅ ਹੋਵੇ, ਤੁਹਾਡਾ ਕਮੈਂਟ ਹੋਵੇ, ਜ਼ਰੂਰ ਦੱਸਿਓ। ਆਪਾਂ ਅਗਲੀ ਵੀਡੀਓ 'ਚ ਉਹਦੇ ਬਾਰੇ ਜ਼ਿਕਰ ਕਰਨ ਦੀ ਕੋਸ਼ਿਸ਼ ਕਰਾਂਗੇ। ਵੀਡੀਓ ਵੱਧ ਤੋਂ ਵੱਧ ਕਿਸਾਨ ਵੀਰਾਂ ਨਾਲ ਸ਼ੇਅਰ ਜ਼ਰੂਰ ਕਰ ਦਿਓ। ਤੁਹਾਡਾ ਬਹੁਤ ਬਹੁਤ ਧੰਨਵਾਦ।